ਸਤਿ ਸ਼੍ਰੀ ਅਕਾਲ ਜੀ, ਮੈਂ ਕੋਮਲ ਕਪੂਰ, ਤੁਸੀਂ ਦੇਖ ਰਹੇ ਹੋ ਚੈਨਲ ਪੰਜਾਬੀ। ਕੈਨੇਡਾ ਤੋਂ ਅਕਸਰ ਅਜਿਹੀਆਂ ਖਬਰਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਨੇ ਜੋ ਦਿਲ ਨੂੰ ਝੰਜੋੜ ਕੇ ਰੱਖ ਦਿੰਦੀਆਂ ਨੇ। ਜੀ ਹਾਂ, ਅਜਿਹਾ ਹੀ ਤਾਜ਼ਾ ਮਾਮਲਾ ਕੈਨੇਡਾ ਦੇ ਸ਼ਹਿਰ ਸਰੀ ਤੋਂ ਸਾਹਮਣੇ ਆਇਆ, ਜਿੱਥੇ ਕੁਝ ਅਣਪਛਾਤੇ ਵਿਅਕਤੀਆਂ ਦੇ ਵੱਲੋਂ ਪੰਜਾਬੀ ਨੌਜਵਾਨ ਨੂੰ ਤੇਜ਼ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਗਿਆ, ਜਿਸ ਦੀ ਖਬਰ ਸੁਣ ਕੇ ਪਰਿਵਾਰ 'ਚ ਸੋਗ ਦੀ ਲਹਿਰ ਹੈ ਅਤੇ ਕਤਲ ਦੇ ਕਾਰਨਾਂ ਦਾ ਹਾਲੇ ਤੱਕ ਕੁਝ ਪਤਾ ਨਹੀਂ ਲੱਗ ਸਕਿਆ। ਰੁਜ਼ਗਾਲ ਦੀ ਭਾਰਤੀ ਜ਼ਮੀਨ ਵੇਚ ਕੇ ਕੈਨੇਡਾ ਗਏ ਕਿਸਾਨ ਦੇ ਪੁੱਤਰ ਦੇ ਕਤਲ ਦੀ ਖਬਰ ਦੇ ਨਾਲ ਪਿੰਡ ਜੋਇਆ ਅਤੇ ਪਰਿਵਾਰ ਦੇ ਵਿੱਚ ਸੋਗ ਦੀ ਲਹਿਰ ਹੈ। ਦੱਸਦੀਏ ਕਿ ਕਿਸਾਨ ਬਲਕਾਰ ਸਿੰਘ ਨੇ ਆਪਣੀ ਜ਼ਮੀਨ ਵੇਚ ਕੇ ਆਪਣੇ ਪੁੱਤਰ ਜਸਕਰਨ ਨੂੰ ਸੁਨਹਿਰੀ ਭਵਿੱਖ ਦੇ ਲਈ ਕੈਨੇਡਾ ਭੇਜਿਆ ਸੀ, ਜਿਸ ਦੀ ਉਮਰ ਮਹਿਜ 22 ਸਾਲ ਦੀ ਦੱਸੀ ਜਾ ਰਹੀ ਹੈ। ਆਪਣਾ ਚੰਗਾ ਭਵਿੱਖ ਬਣਾਉਣ ਗਏ ਕੈਨੇਡਾ ਨੌਜਵਾਨ ਨੂੰ ਨਹੀਂ ਪਤਾ ਸੀ ਕਿ ਉਸ ਦੇ ਨਾਲ ਕੋਈ ਹੋਣੀ ਵਾਪਰ ਜਾਵੇਗੀ। ਜਿਸ ਕਾਰਨ ਅੱਜ ਤੋਂ 2 ਸਾਲ ਪਹਿਲਾਂ ਕੈਨੇਡਾ ਦੇ ਸ਼ਹਿਰ ਸਰੀ ਦੇ ਵਿੱਚ ਪੜ੍ਹਾਈ ਦੇ ਨਾਲ ਨਾਲ ਕੰਮ ਕਰ ਰਿਹਾ ਸੀ। ਅੱਜ ਅਚਾਨਕ ਉਸ ਦੀ ਮੌਤ ਦੀ ਖਬਰ ਨੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ। ਸਾਡੇ ਨਾਲ ਤਾਂ ਚੰਗੀਆਂ ਭਲੀਆਂ ਗੱਲਾਂ ਕਰਦਾ ਕਰਦਾ ਰਾਜੀ ਖੁਸ਼ੀ ਮੇਰੇ ਨਾਲ ਸਾਰਾ ਦਿਨ ਗੱਲਾਂ ਕੀਤੀਆਂ, ਇੱਕ ਦਿਨ ਸਾਰਾ ਦਿਨ ਮੇਰੇ ਨਾਲ ਰੱਜ ਕੇ ਗੱਲਾਂ ਕੀਤੀਆਂ। ਮੰਮੀ ਤੂੰ ਕਿਸੇ ਗੱਲ ਦੀ ਟੈਨਸ਼ਨ ਨਾ ਲਈ, ਮੈਂ ਹੈਗਾ ਆਉਣਾ ਸੀ ਜਨਵਰੀ 'ਚ, ਮੇਰੇ ਪੁੱਤ ਨੇ ਟਿਕਟ ਬੁੱਕ ਕਰਾ ਰੱਖੀ ਸੀ, ਮੈਨੂੰ ਆਉਣਾ ਸੀ ਆਉਣਾ ਮਾਂ ਮੈਂ ਮਿਲਣ ਤੈਨੂੰ, ਮੈਨੂੰ ਨਹੀਂ ਸੀ ਪਤਾ ਮੇਰੇ ਨਾਲ ਆ ਭਾਣੇ ਵਰਤ ਜਾਣੇ ਆ। ਮੈਂ ਬੜਾ ਮਾਤਾ ਰੋਜ਼ ਉਹ ਗੱਲਾਂ ਕਰਦਾ ਸੀਗਾ, ਰੋਜ਼ ਵਾਧੂ ਰੱਜ ਕੇ ਗੱਲਾਂ ਮੇਰੇ ਨਾਲ, ਮੇਰੇ ਨੂੰ ਨਾ ਦਿਨੇ ਵੀ ਗੱਲ ਕਰ ਰਾਤ ਵੀ ਗੱਲ ਕਰ, ਉਹਨੇ ਉਨਾ ਚਿਰ ਸੌਣਾ ਨਾ ਜਿੰਨਾ ਚਿਰ ਮੇਰੇ ਪੁੱਤ ਨੇ ਵੀਡੀਓ ਕਾਲ 'ਤੇ ਮੇਰੇ ਨਾਲ ਗੱਲ ਨਾ ਕਰ ਲੈਣੀ। ਹਏ ਮੈਨੂੰ ਸਿਦਕ ਨਹੀਂ ਸੀ ਆਉਂਦਾ ਉਨਾ ਚਿਰ, ਮੈਨੂੰ ਆਖਣਾ ਮੰਮੀ ਤੂੰ ਟੈਨਸ਼ਨ ਕਿਸੇ ਗੱਲ ਦੀ ਨਹੀਂ ਲੈਣੀ, ਮੈਂ ਹੈਗਾ। ਜਿਸ ਦਿਨ ਹਾਦਸਾ ਵਾਪਰਿਆ ਉਸ ਦਿਨ ਹੋਈ ਸੀ ਮਾਤਾ ਗੱਲ? ਉਦਣ ਨਹੀਂ ਹੋਈ, ਉਦੋਂ ਇੱਕ ਦਿਨ ਪਹਿਲਾਂ ਹੋਈ ਆ ਗੱਲ, ਰਾਤ ਨੂੰ ਉਦਣ 8:30 ਵਜੇ ਮੇਰੇ ਨਾਲ ਗੱਲ ਹੋਈ ਆ। ਆਉਂਦਾ ਸੀ ਮੰਮੀ ਮੈਂ ਕੰਮ ਤੋਂ ਆਇਆ ਅਤੇ ਕੰਮ 'ਤੇ ਹੀ ਚੱਲਿਆ, ਸਿੱਧਾ ਕੰਮ 'ਤੇ ਜਾਂਦਾ ਪਿਆ ਮੈਂ ਤਾਂ ਮੈਨੂੰ ਨਹੀਂ ਸੀ ਪਤਾ ਕਿਹੜੇ ਕੰਮ 'ਤੇ ਜਾਂਦਾ ਪਿਆ, ਮੈਨੂੰ ਨਹੀਂ ਪਤਾ ਲੱਗਾ। ਕਿੰਨੇ ਸਾਲ ਹੋ ਗਏ ਮਾਤਾ ਗਏ ਨੂੰ? 2 ਸਾਲ ਹੋ ਗਏ ਵੀਰ, 2 ਸਾਲ ਹੋ ਗਿਆ, ਮਹੀਨਾ ਘੱਟ ਰਹਿ ਗਿਆ, 2 ਸਾਲ ਹੋ ਜਾਣਗੇ ਗਾਂ ਦਸੰਬਰ 'ਚ। ਮਾਤਾ ਹੁਣ ਸਰਕਾਰ ਤੋਂ ਆਪਾਂ ਕੀ ਮੰਗ ਕਰਦੇ ਹਾਂ? ਮੈਨੂੰ ਸਮਝ ਨਹੀਂ ਆਉਂਦੀ ਕੀ ਮੰਗਾਂ, ਮੈਂ ਤਾਂ ਪੋਤੀ ਮੰਗਦੀ, ਮੈਨੂੰ ਤਾਂ ਪੋਤੀ ਲਿਆ ਦਿਓ, ਮੇਰਾ ਤਾਂ ਪੋਤੀ ਆ ਜੇ ਜਸਕਰਨ ਸਿੰਘ ਜੀ। ਕਿੰਨੇ ਸਾਲ ਪਹਿਲਾਂ ਗਿਆ ਸੀ ਜੀ ਕੈਨੇਡਾ? 2 ਸਾਲ ਹੋ ਗਏ ਜੀ ਗਿਆ ਨੂੰ। ਅੱਛਾ ਜੀ, ਹਾਂਜੀ। ਅਤੇ ਉੱਥੇ ਜਦੋਂ ਭੇਜਿਆ ਤੁਸੀਂ ਕੀ ਕੁਛ ਹੋਇਆ ਸੀ ਅਤੇ ਕੀ ਹਾਦਸਾ ਵਾਪਰ ਗਿਆ ਉੱਥੇ? ਬਸ ਹਾਸੇ ਦਾ ਸਰਕਾਰ ਹੋ ਗਿਆ ਜੀ, ਬੱਚੇ ਨੂੰ ਛੜਾਉਂਦਾ ਉਹ ਵਿੱਚ ਹਾਸੇ ਅਤੇ ਫੇਰ 'ਚ ਆ ਗਏ। ਅਤੇ ਉਹਦੇ ਨਾਲ ਵੀ ਸੀ ਕੋਈ ਜੀ? ਹਾਂਜੀ, ਇਲਾਕੇ ਦਾ ਇੱਕ ਮੁੰਡਾ ਸੀਗਾ ਜੀ ਮੜਾਲੀ ਤੋਂ। ਓਕੇ, ਹਾਂਜੀ। ਅਤੇ ਉਹਦੇ ਵੀ ਸੱਟਾਂ ਸੁੱਟਾਂ ਲੱਗੀਆਂ? ਹਾਂ, ਉਹਦੇ ਵੀ 2 ਸੱਟਾਂ ਹੈਗੀਆਂ। ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਤੁਹਾਡਾ ਮੁੰਡਾ ਜਿਹੜਾ ਕਿ ਹਾਦਸੇ ਦਾ ਸ਼ਿਕਾਰ ਹੋ ਗਿਆ? ਉਹ ਉੱਥੇ ਜਦੋਂ ਬੱਚੇ ਰਹਿ ਰਹੀ ਸੀਗੇ ਜੀ, ਉਹਦੇ ਕਰਕੇ ਸਾਨੂੰ ਉਹਨਾਂ ਨੇ ਫੋਨ 'ਤੇ ਸਾਰੇ ਗੱਲਬਾਤ ਦੱਸੀ ਸਾਨੂੰ ਜੀ, ਵੀ ਆਹ ਕਹਾਣੀ ਵਰਤੀ ਹੈ ਇੱਥੇ ਜੀ। ਜੀ ਜਦੋਂ 2 ਸਾਲ ਪਹਿਲਾਂ ਭੇਜਿਆ ਸੀ ਜੀ, ਕਿੰਨਾ ਖਰਚਾ ਆ ਗਿਆ ਸੀ ਮੁੰਡੇ ਨੂੰ ਭੇਜਣ 'ਤੇ? ਸਾਡਾ ਉੱਥੇ 24 ਲੱਖ ਵਾਂਗੂ 23 ਵਾਂਗੂ ਲੱਗ ਗਿਆ ਸੀਗਾ ਜੀ। ਬਾਕੀ ਐਂ ਸੀ ਵੀ 3 ਕਿੱਲੇ ਬਾਣ ਸੀ, ਉਹ 'ਚ ਅੱਧ ਵਾਂਗੂ ਲੱਗ ਗਈ ਜੀ। ਤੁਸੀਂ ਸਰਕਾਰ 1.5 ਕਿੱਲੇ ਵਾਂਗੂ ਸਾਡੀ ਲੱਗ ਜੀ। ਕੀ ਸਰਕਾਰ ਤੋਂ ਮੰਗ ਕਰਦੇ ਹੋ?
ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਸੀਗੇ ਵੀ ਸਾਡੇ ਬੱਚੇ ਦੀ ਜਿਹੜੀ ਬੋਡੀ ਹੈ ਜੀ ਉਹ ਪੰਜਾਬ 'ਚ ਲਿਆਂਦੀ ਜਾਵੇ, ਸਾਡੇ ਕੋਲ ਆ ਜਾਏ ਜੀ, ਅਸੀਂ ਉਹਦੇ ਆਪਦੇ ਪਿੰਡ ਸੰਸਕਾਰ ਕਰ ਲਈਏ ਜੀ ਲਿਆ ਕੇ। ਸਾਡਾ ਬੱਚਾ ਸੀਗਾ ਉਹ ਪਹਿਲੀ ਸ਼ਿਫਟ ਲਾ ਕੇ ਅਤੇ ਉਸ ਤੋਂ ਬਾਅਦ ਉਹਦੀ ਗੱਲ ਜਿਹੜੀ ਉਹ ਮਾਂ ਨਾਲ ਹੋਈ ਹੈ, ਉਸ ਤੋਂ ਬਾਅਦ ਸਾਡਾ ਬੱਚਾ ਦੂਜੀ ਸ਼ਿਫਟ ਲਾਉਣ ਜਾ ਰਿਹਾ ਸੀਗਾ। ਬੱਚੇ ਨੂੰ ਸਾਡੇ ਨੂੰ ਜਿਹੜੇ ਨਾਲ ਦੇ ਬੱਚੇ ਸੀ ਉਹਨਾਂ ਨੇ ਕਿਹਾ ਵੀ ਆਪਾਂ ਇੱਥੋਂ ਹੋਟਲ ਤੋਂ ਚਾਹ ਪੀ ਕੇ ਆਉਣੀ ਹੈ। ਸ਼ਾਇਦ ਹੋ ਸਕਦਾ ਉਹਨਾਂ ਬੱਚਿਆਂ ਦੇ ਮਨ 'ਚ ਕੋਈ ਗੱਲ ਹੋਵੇ, ਉਹਨਾਂ ਬੱਚਿਆਂ ਦੇ ਮਤਲਬ ਮਨ 'ਚ ਦੇ ਵਿੱਚ ਕੋਈ ਗੱਲ ਹੋਵੇ ਵੀ ਆਪਾਂ ਨੇ ਕਿਸੇ ਬੱਚੇ ਕਿਸੇ ਦੇ ਨਾਲ ਕੋਈ ਆਪਾਂ ਟਾਈਮ ਬੰਨਿਆ ਹੋਇਆ, ਆਪਾਂ ਇਹਨੂੰ ਨਾਲ ਲੈ ਕੇ ਚੱਲਣਾ। ਇਹ ਬੱਚਾ ਸਾਡਾ ਜਦੋਂ ਉਹ ਸਾਡੇ ਬੱਚੇ ਨੇ ਉਹਨਾਂ ਦੀ ਗੱਲ ਮੰਨ ਲਈ ਕਿਉਂਕਿ ਉਹ ਨਾਲ ਸੀਗਾ, ਬੱਚੇ ਨੇ ਜਦੋਂ ਗੱਲ ਮੰਨ ਲਈ ਅਤੇ ਜਦੋਂ ਉੱਥੇ ਮਤਲਬ ਹੋਸਟਲ ਦੇ ਕੋਲ ਪਹੁੰਚਿਆ ਅਤੇ ਸਾਡਾ ਬੱਚਾ ਹਜੇ ਗੱਡੀ ਦੇ ਵਿੱਚੋਂ ਨਿਕਲਿਆ ਹੀ ਆ ਅਤੇ ਇੱਕ ਬੱਚਾ ਮਡਾਲੀ ਤੋਂ ਸੀਗਾ ਉਹ ਗੱਡੀ ਦੇ ਵਿੱਚੋਂ ਨਿਕਲਿਆ ਅਤੇ ਉਹ ਪਹਿਲਾਂ ਬੱਚੇ ਮਡਾਲੀ ਵਾਲੇ ਬੱਚੇ ਦੇ ਗੱਲ ਪਏ ਹੈ। ਜਦੋਂ ਮਡਾਲੀ ਵਾਲੇ ਬੱਚੇ ਨੂੰ ਇਹ ਮਤਲਬ ਅੱਗੋਂ ਬੱਚਾ ਛਡਾਉਣ ਲੱਗਾ ਅਤੇ ਉਹਨਾਂ ਨੇ ਮਤਲਬ ਕੋਈ ਮਤਲਬ ਹਥਿਆਰ ਕੱਢ ਕੇ ਕੋਈ ਗਰਚ ਕੱਢ ਕੇ ਸਾਡੇ ਬੱਚੇ ਦੇ ਦਿਲ ਵਾਲੀ ਥਾਂ 'ਤੇ ਮਾਰੀ ਹੈ। ਜਦੋਂ ਦਿਲ ਵਾਲੀ ਥਾਂ 'ਤੇ ਮਾਰੀ ਹੈ ਸਾਡਾ ਬੱਚਾ ਸਾਥ ਹੀ ਰਹਿ ਗਿਆ। ਅਤੇ ਮੈਂ ਉੱਥੋਂ ਦੀ ਸਰਕਾਰ ਨੂੰ ਗੁਜ਼ਾਰਿਸ਼ ਕਰਦਾ ਵੀ ਜਿਹੜੇ ਉਹ ਦੋਸ਼ੀ ਨੇ ਉਹਨਾਂ ਨੂੰ ਵੀ ਫੜਿਆ ਜਾਵੇ ਅਤੇ ਜਿਹੜੇ ਬੱਚੇ ਸਾਡੇ ਨਾਲ ਦੇ ਨਾਲ ਬੱਚੇ ਸੀਗੇ ਉਹਨਾਂ ਨੂੰ ਫੜ ਕੇ ਉਹਨਾਂ ਤੋਂ ਵੀ ਪੁੱਛ ਪੜਤਾਲ ਕੀਤੀ ਜਾਵੇ ਤਾਂ ਕਿ ਸਾਨੂੰ ਇਨਸਾਫ ਮਿਲ ਸਕੇ। ਮਿਲੀ ਜਾਣਕਾਰੀ ਮੁਤਾਬਕ ਦੱਸੀ ਕਿ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਜਦ ਉਹਨਾਂ ਦਾ ਪੁੱਤਰ ਆਪਣੇ ਸਾਥੀਆਂ ਸਣੇ ਨੇੜਲੇ ਪਿੰਡ ਦੇ ਵਿੱਚ ਚਾਹ ਪੀਣ ਜਾ ਰਿਹਾ ਸੀ ਤਾਂ ਉਸਦੇ ਸਾਥੀ ਉੱਤੇ ਜਾਨਲੇਵਾ ਹਮਲਾ ਹੋ ਗਿਆ। ਸਾਥੀ ਨੂੰ ਬਚਾਉਂਦਿਆਂ ਹਮਲਾਵਾਰ ਨੇ ਉਹਨਾਂ ਦੇ ਪੁੱਤਰ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਇਹ ਖਬਰ ਮਿਲਦਿਆਂ ਹੀ ਪਿੰਡ ਅਤੇ ਇਲਾਕੇ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਦੇ ਪਿਤਾ ਨੇ ਇਨਸਾਫ਼ ਦੀ ਮੰਗ ਕਰਦੇ ਹੋਏ ਕਿਹਾ ਹੈ ਕਿ ਕੈਨੇਡਾ ਦੀ ਸਰਕਾਰ ਉਹਨਾਂ ਦੇ ਪੁੱਤਰ ਦੇ ਕਾਤਲਾਂ ਨੂੰ ਤੁਰੰਤ ਗ੍ਰਿਫ਼ਤਾਰ ਕਰੇ ਅਤੇ ਉਸਦੇ ਸਾਥੀਆਂ ਤੋਂ ਵੀ ਪੁੱਛਗਿੱਛ ਕੀਤੀ ਜਾਵੇ। ਪਰਿਵਾਰ ਨੇ ਇਹ ਵੀ ਕਿਹਾ ਹੈ ਕਿ ਉਹਨਾਂ ਦੇ ਪੁੱਤਰ ਦੀ ਲਾਸ਼ ਨੂੰ ਕੈਨੇਡਾ ਤੋਂ ਭਾਰਤ ਲਿਆਉਣ ਦੇ ਵਿੱਚ ਸਰਕਾਰ ਦੇ ਵੱਲੋਂ ਉਹਨਾਂ ਦੀ ਮਦਦ ਕੀਤੀ ਜਾਵੇ। ਜ਼ਿਕਰਯੋਗ ਹੈ ਕਿ ਨੌਜਵਾਨ ਦੇ ਕਤਲ ਦੇ ਨਾਲ ਜਿੱਥੇ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਉੱਥੇ ਹੁਣ ਸਥਾਨਕ ਜਗ੍ਹਾ 'ਤੇ ਵੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ। ਨਈ ਨਈ ਪੀੜਤ ਪਰਿਵਾਰ ਨੇ ਮੌਜੂਦਾ ਸਰਕਾਰ ਤੋਂ ਇਨਸਾਫ਼ ਦੀ ਗੁਹਾਰ ਲਗਾਉਂਦੇ ਹੋਏ ਪੁੱਤਰ ਦੀ ਲਾਸ਼ ਨੂੰ ਭਾਰਤ ਲਿਆਉਣ ਦੇ ਲਈ ਵੀ ਮਦਦ ਦੀ ਗੁਹਾਰ ਲਗਾਈ ਹੈ। ਰਿਪੋਰਟ ਚੈਨਲ ਪੰਜਾਬੀ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।